ਉਹਨਾਂ ਦੇ ਟਵੀਟ ਤੋਂ ਬਾਅਦ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਤੋਂ ਬਾਅਦ ਇੱਕ ਟਵੀਟ ਹੋ ਰਹੇ ਨੇ। ਪਰ ਇਸ ਸਭ ਦੇ ਚੱਲਦੇ ਬਾਲੀਵੁੱਡ ਦੇ ਕੁਝ ਸਿਤਾਰਿਆਂ ਨੇ ਇਸ ਨੂੰ ਪ੍ਰੋਪੋਗੈਂਡਾ ਕਿਹਾ ਹੈ ਤੇ ਉੱਥੇ ਕੰਗਨਾ ਰਣੌਤ ਨੇ ਵੀ ਭਾਰਤ ਦੀ ਏਕਤਾ ਨੂੰ ਤੋੜਨ ਦੀ ਸਾਜ਼ਿਸ਼ ਦੱਸਿਆ ਹੈ। ਸੋ ਕੰਗਨਾ ਰਣੌਤ ਤੇ ਹੋਰ ਵੀ ਜਿਨ੍ਹਾਂ ਸਿਤਾਰਿਆਂ ਨੇ ਇਸ ਤਰ੍ਹਾਂ ਦੇ ਟਵੀਟ ਕੀਤੇ ਨੇ ਉਹਨਾਂ ਨੂੰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਨਿਸ਼ਾਨੇ ਤੇ ਲਿਆ ਹੈ। ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਰਾਹੀਂ ਉਹਨਾਂ ਨੇ ਬਾਲੀਵੁੱਡ ਦੇ ਸਿਤਾਰਿਆਂ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਹੈ ਕਿਸਾਨਾਂ ਖਿਲਾਫ ਬੋਲਣ ਵਾਲੇ ਬਾਲੀਵੁੱਡ ਸਿਤਾਰੇ ਵਿਕੇ ਹੋਏ ਨੇ। ਰਣਜੀਤ ਬਾਵਾ ਨੇ ਸ਼ਾਰਟ ਵੀਡੀਓ ਰਾਹੀਂ ਇਸ ਗੀਤ ਦਾ ਟ੍ਰੇਲਰ ਦਿਖਾਇਆ, ਪਰ ਜਲਦ ਹੀ ਇਸ ਦਾ ਫੁੱਲ ਆਡੀਓ ਵੀ ਰਣਜੀਤ ਬਾਵਾ ਪੇਸ਼ ਕਰ ਸਕਦੇ ਨੇ। ਦੱਸ ਦੇਈਏ ਕਿ ਉਹਨਾਂ ਨੇ ਇਸ ਗੀਤ ਦੇ ਵਿੱਚ ਕੰਗਨਾ ਰਣੌਤ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਨੇ। ਆਓ ਨਜ਼ਰ ਮਾਰਦੇ ਹਾਂ ਇੱਕ ਵਾਰ ਇਸ ਵੀਡੀਓ ਤੇ। ਓ ਗੇਮ ਹੀ ਕਮਾਤੀ ਓ ਟਕੈਤ ਦੇ ਬਿਆਨਾਂ ਨੇ ਕਰਕੇ ਟਵੀਟ ਸਿਰਾ ਲਾਤਾ ਹੀ ਰਹਿਣਾ ਨੇ ਉਹ ਫਾਇਦਿਆਂ ਲਈ ਕਰਦੇ ਆ ਯੂਜ਼ ਪੱਗਾਂ ਨੂੰ ਫਿਲਮਾਂ ਦੇ ਵਿੱਚ ਜੋ ਡਰਾਮੇ ਵੇਖਦੇ ਆ ਤੇਰੇ ਚਾਚੇ ਤਾਏ ਵੀ ਕੇ ਬਾਲੀਵੁੱਡ ਵਾਲੀਏ ਜਿਵੇਂ ਚੌੜੇ ਦੇ ਬਾਜ਼ਾਰ ਚ ਪਜਾਮੇ ਵੇਖਦੇ ਆ ਤੇਰੇ ਬਾਲੀਵੁੱਡ ਵਾਲੇ ਵੇਖੇ ਇਦਾਂ ਹੰਨਣੇ ਜਿਵੇਂ ਚੌੜੇ ਦੇ ਬਾਜ਼ਾਰ ਚ ਪਜਾਮੇ ਵੇਖਦੇ। ਬਿਊਰੋ ਰਿਪੋਰਟ ਦੀ ਟੀਵੀ ਐਨ ਆਰ ਰਾਈਟ।